ਮੈਂ ਅਸਲੀ ਅਗਰ ਲੋਕਲ ਪਤਾ ਕਰਨ ਆਏ ਸੀ ਤੁਹਾਡਾ ਠੀਕ ਕਰਨ ਦੇ ਬਾਅਦ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਅੱਧੀ ਰਾਤ ਨੂੰ SDM ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸਿਵਲ ਹਸਪਤਾਲ ਦੇ ਵਿੱਚ ਅਚਨਚੇਤ ਛਾਪਾ ਮਾਰਿਆ। ਦੱਸ ਦਈਏ ਕਿ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਅਤੇ ਇਸ ਦੌਰਾਨ ਜੋ ਵੀ ਕਮੀਆਂ ਪਾਈਆਂ ਗਈਆਂ ਉਸ ਨੂੰ ਨੋਟ ਕਰ ਲਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਵੇਰੇ ਉੱਠਦੇ ਸਾਰ ਹੀ ਪਹਿਲਾਂ ਇਹਨਾਂ ਕਮੀਆਂ ਨੂੰ ਦਰੁਸਤ ਕਰਨ ਦੇ ਲਈ ਗੱਲਬਾਤ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਇਸ ਸਿਵਲ ਹਸਪਤਾਲ ਦੀ ਲਗਾਤਾਰ ਸ਼ਿਕਾਇਤਾਂ ਜੋ ਨੇ ਉਹ ਦਿੱਤੀਆਂ ਜਾ ਰਹੀਆਂ ਸੀ, ਜਿਸ ਤੋਂ ਬਾਅਦ ਹੁਣ SDM ਅਤੇ ਸੀਨੀਅਰ ਅਧਿਕਾਰੀਆਂ ਨੇ ਮੋਰਚਾ ਖੋਲ੍ਹਿਆ ਅਤੇ ਅੱਧੀ ਰਾਤ ਨੂੰ ਜਾ ਕੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਅਚਨਚੇਤ ਛਾਪਾ ਮਾਰਿਆ, ਜਿੱਥੇ ਜਾ ਕੇ ਉਹਨਾਂ ਨੇ ਮਰੀਜ਼ਾਂ ਤੋਂ ਉਹਨਾਂ ਦਾ ਹਾਲ ਚਾਲ ਜਾਣਿਆ, ਉਹਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਬਾਰੇ ਜਾਣਿਆ। ਉੱਥੇ ਹੀ ਉਹਨਾਂ ਨੇ ਹਸਪਤਾਲ ਦੇ ਜੋ ਕਰਮਚਾਰੀ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੂੰ ਜੋ ਵੀ ਤਕਲੀਫਾਂ ਨੇ ਜੋ ਵੀ ਦਿੱਕਤਾਂ ਨੇ ਉਹਨਾਂ ਦਾ ਮੌਕੇ ਦੇ ਉੱਤੇ ਹੀ ਹੱਲ ਕਰਨ ਦਾ ਆਸ਼ਵਾਸਨ ਦਿੱਤਾ। ਤਾਂ ਦੱਸ ਦਈਏ ਕਿ ਅੱਧੀ ਰਾਤ ਨੂੰ ਇਹ ਚੈਕਿੰਗ ਕੀਤੀ ਗਈ ਹੈ, ਇਸ ਦੌਰਾਨ ਕੀ ਕੁਝ ਕਹਿਣਾ ਸੀਨੀਅਰ ਅਧਿਕਾਰੀਆਂ ਦਾ, ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਅਸੀਂ ਐਮਰਜੈਂਸੀ ਚੈੱਕ ਕੀਤਾ ਜੱਟਾ ਬੱਚਾ ਵਾਰਡ 'ਚ ਵੀ, ਜਿਹੜੇ ਪੇਸ਼ੈਂਟ ਐਡਮਿਟ ਹੈਗੇ ਉਸ ਵਾਰਡ ਦੀ ਵੀ ਚੈਕਿੰਗ ਕੀਤੀ ਹੈ। ਜਿਹੜੇ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਆਏ ਆ ਉਹਨਾਂ ਨੂੰ ਪ੍ਰੋਪਰ ਟ੍ਰੀਟ ਕੀਤਾ ਗਿਆ। ਇੱਕ ਵੀਲ ਚੇਅਰ ਦਾ ਇਸ਼ੂ ਸੀਗਾ ਕੋਈ, ਉਹਨਾਂ ਨੇ ਸਾਨੂੰ ਪੇਸ਼ੈਂਟ ਦੇ ਨਾਲ ਅਟੈਂਡੈਂਟ ਆ ਜੋ ਦੱਸਿਆ ਵੀ ਵੀਲ ਚੇਅਰ ਦਾ ਕੋਈ ਇਸ਼ੂ ਹੈਗਾ, ਉਹ ਇਹਨਾਂ ਨੂੰ ਹਦਾਇਤ ਕਰ ਦਿੱਤੀ ਹੋਸਪਿਟਲ ਅਥੋਰਟੀਜ਼ ਵੀ ਉਹ ਕੋਈ ਅੱਛੀ ਨਵੀਂ ਵੀਲ ਚੇਅਰ ਦਾ ਉੱਥੇ ਅਰੇਂਜ ਕਰਨ ਐਮਰਜੈਂਸੀ ਦੇ ਵਿੱਚ, ਤਾਂ ਜੋ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਣ ਆਉਣ 'ਚ ਕੋਈ ਦਿੱਕਤ ਨਾ ਹੋਵੇ। ਪਰੰਤੂ ਜਿਹੜਾ ਜੱਚਾ ਬੱਚਾ ਵਾਰਡ ਦੇ ਵਿੱਚ ਕੋਈ ਡਾਕਟਰ ਇਸ ਸਮੇਂ ਡਿਊਟੀ 'ਤੇ ਮੌਜੂਦ ਨਹੀਂ ਹੈ, ਸਿਰਫ ਔਨ ਕਾਲ ਜਿਹੜਾ ਇਹਨਾਂ ਨੇ ਦੱਸਿਆ ਵੀ ਸਟਾਫ ਨਰਸ ਨੇ ਜੋ ਦੱਸਿਆ ਵੀ ਔਨ ਕਾਲ 'ਤੇ ਅਸੀਂ ਡਾਕਟਰ ਨੂੰ ਬੁਲਾਉਂਦੇ ਹਾਂ ਜਿਸ ਨੇ ਚੰਡੀਗੜ੍ਹ ਤੋਂ ਆਉਣਾ। ਸੋ ਇਸ ਸੰਬੰਧੀ ਸਵੇਰੇ SMO ਸਾਹਿਬ ਨਾਲ ਗੱਲਬਾਤ ਕੀਤੀ ਜਾਵੇਗੀ। ਜਿਹੜਾ ਪਹਿਲਾਂ ਹੋਈ ਉਹ ਮੇਰੇ ਨੋਟਿਸ 'ਚ ਨਹੀਂ ਸੀਗਾ, ਇਸੇ ਕਰਕੇ ਹੀ ਅੱਜ ਜਨਰਲ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਵੀ ਪੇਸ਼ੈਂਟਸ ਨੂੰ ਬਿਨਾਂ ਕਿਸੇ ਮਤਲਬ ਤੋਂ ਅੱਗੇ ਰੈਫਰ ਕੀਤਾ ਜਾਂਦਾ, ਜਾਂ 32 ਦੇ ਵਿੱਚ ਜਾਂ 16 ਸੈਕਟਰ ਲਈ ਰੈਫਰ ਕੀਤਾ ਜਾਂਦਾ, ਉਹਨਾਂ ਨੂੰ ਇੱਥੇ ਮੈਡੀਸਨ ਨਹੀਂ ਦਿੱਤੀ ਜਾਂਦੀ। ਸੋ ਉਸਨਾਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਅਚਨਚੇਤ ਚੈਕਿੰਗ ਕੀਤੀ ਗਈ ਹੈ। ਸੋ ਜਿਹੜਾ ਹਸਪਤਾਲ ਦਾ ਸਟਾਫ ਹੈਗਾ ਅਵੇਲੇਬਲ ਹੈਗਾ, ਕੋਈ ਐਮਰਜੈਂਸੀ 'ਚ ਡਾਕਟਰ ਅਵੇਲੇਬਲ ਹੈ, ਪਰੰਤੂ ਜੱਚਾ ਬੱਚਾ ਵਾਰਡ 'ਚ ਜਿੱਥੇ ਕਿਸੇ ਜਨੇਪਾ ਸਮੇਂ ਕਿਸੇ ਔਰਤ ਨੂੰ ਪਰੇਸ਼ਾਨੀ ਆ ਸਕਦੀ ਹੈ, ਇਸ ਲਈ SMO ਸਾਹਿਬ ਨੂੰ ਸਵੇਰੇ ਹਦਾਇਤ ਕੀਤੀ ਜਾਊਗੀ। ਡਾਕਟਰ ਜੀ ਜੋ ਇਸ ਟਾਈਮ ਡਿਊਟੀ 'ਤੇ ਨਹੀਂ ਹੈ ਨਾ, ਐਕਚੁਲੀ ਕੀ ਹੈ ਇਹਨਾਂ ਦੀ ਡਿਊਟੀ ਰੋਸਟਰ ਹੀ ਇੱਦਾਂ ਦਾ ਬਣਿਆ, ਆਉਣ ਕਾਲ ਬਣਿਆ 2 ਵਜੇ ਤੱਕ ਅਟੈਂਡ ਕਰਦੇ ਆ, ਉਸ ਤੋਂ ਬਾਅਦ ਕੋਈ ਡਾਕਟਰ ਅਵੇਲੇਬਲ ਨਹੀਂ ਹੁੰਦਾ। ਤੋ ਸਵੇਰੇ SMO ਸਾਹਿਬ ਨੂੰ ਹਦਾਇਤ ਕੀਤੀ ਜਾਊਗੀ ਵੀ ਇਹਦਾ ਰੋਟੇਸ਼ਨ ਰੋਸਟਰ ਬਣਾਇਆ ਜਾਵੇ, ਇੱਕ ਡਾਕਟਰ ਸ਼ਾਮ ਦੇ ਸਮੇਂ ਵੀ ਡਿਊਟੀ 'ਤੇ ਹਾਜ਼ਰ ਰਹੇ, ਤਾਂ ਜੋ ਕਿਸੇ ਨੂੰ 24 ਘੰਟੇ ਦੇ ਅੰਦਰ ਅੰਦਰ ਕੋਈ ਵੀ ਜਿਹੜਾ ਐਡਮਿਟ ਜੱਚਾ ਬੱਚਾ ਵਾਰਡ 'ਚ ਪੇਸ਼ੈਂਟ ਆਏ ਹੋਏ ਆ ਜਿਨ੍ਹਾਂ ਦੇ ਹਸਬੈਂਡ ਆਏ ਹੋਏ, ਉਹਨਾਂ ਨੇ ਵੀ ਮੰਗ ਕੀਤੀ ਹੈ ਕਿ 9ਵਾਂ ਮਹੀਨਾ ਜਿਹੜਾ ਸਾਡੀ ਵਾਈਫ ਨੂੰ ਲੱਗਿਆ ਵਾ, ਕਈ ਔਰਤਾਂ ਜਿਹੜੀਆਂ ਪਈਆਂ ਨੇ ਵੀ ਕੁਛ ਵੀ ਹੋ ਸਕਦਾ ਹੈ। ਚਲੋ ਇਸੇ ਤਰ੍ਹਾਂ ਦੀ ਕਮੀਆਂ ਪੇਸ਼ੀਆਂ ਜਿਹੜੀਆਂ ਹੈਗੀਆਂ ਨਾ ਪ੍ਰਬੰਧਕਾਂ ਵੱਲੋਂ, ਕੋਈ ਰੋਸਟਰ ਨਹੀਂ ਬਣਾਇਆ ਗਿਆ ਜਾਂ ਕੋਈ ਡਿਊਟੀ 'ਤੇ ਡਾਕਟਰ ਤੈਨਾਤ ਨਹੀਂ ਕੀਤਾ ਗਿਆ, ਉਹ ਸਵੇਰੇ SMO ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਜਾਊਗੀ। ਹਾਂਜੀ ਕੋਈ ਰੈਫਰਲ ਕੇਸ ਵੀ ਸਾਹਮਣੇ ਆਇਆ? ਰੈਫਰੈਂਸ ਕੇਸ ਤਾਂ ਚਲੋ ਆਪਾਂ ਉਹਦੇ ਵਿੱਚ ਸਾਹਮਣੇ ਆਏ ਹੀ ਆ, ਪੇਸ਼ੈਂਟ ਬੈਠੇ ਆ ਔਰ ਉਹਨਾਂ ਦੇ ਕੋਲ ਕੋਈ ਡਾਕਟਰ ਅਟੈਂਡ ਕਰਨ ਲਈ ਨਹੀਂ ਹੈ, ਇੱਕ ਸਿਰਫ ਅਟੈਂਡੈਂਟ ਬੈਠੀ ਹੈ, ਇੱਕ ਲੇਡੀ ਨਾਲ ਉਹਨੇ ਇੱਕ ਕਲਾਸ 4 ਹੈ ਜੋ 2 ਜਣੇ ਅਟੈਂਡੈਂਟ ਲਈ ਬੈਠੇ ਆ, ਜੋ ਕਾਫੀ ਨਹੀਂ ਹੈ ਕਿਉਂਕਿ ਕਿਸੇ ਵੀ ਸਮੇਂ ਐਮਰਜੈਂਸੀ ਆ ਸਕਦੀ ਹੈ, ਕਿਸੇ ਨੂੰ ਡਿਲੀਵਰੀ ਕਰਨੀ ਪੈ ਸਕਦੀ ਆ ਜਾਂ ਉਹਨਾਂ ਦੇ ਬੱਚੇ ਨੂੰ ਜਿਹੜਾ ਹੋਣ ਵਾਲੀ ਇਲਾਜ ਨੂੰ ਕੋਈ ਦਿੱਕਤ ਆ ਸਕਦੀ ਹੈ, ਸੋ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਸਵੇਰੇ ਆਪਾਂ ਸੀਨੀਅਰ ਅਥਾਰਟੀਜ਼ ਨਾਲ ਵੀ ਗੱਲ ਕਰਾਂਗੇ ਅਤੇ ਸੀਨੀਅਰ ਅਫਸਰਾਂ ਦੇ ਧਿਆਨ 'ਚ ਵੀ ਲਿਆਂਦਾ ਜਾਊਗਾ, ਤਾਂ ਜੋ ਇਸ ਤਰ੍ਹਾਂ ਦੀ ਹਸਪਤਾਲਾਂ ਦੇ ਵਿੱਚ ਰਾਤ ਨੂੰ
ਜਿਹੜੀ ਖੱਜਲ ਖੁਆਰੀ ਹੈ ਪਲੱਸ ਜਿਹੜਾ ਇੱਕ ਮੌਕੇ ਦੀ ਜਿਹੜੀ ਹੈ ਦਵਾਈ ਹੈ ਜਾਂ ਸਹੂਲਤ ਹੈਗੀ ਹੈ ਜਾਂ ਚੈਕਿੰਗ ਹੋਣੀ ਹੈ ਉਹ ਜ਼ਰੂਰੀ ਹੈ ਤਾਂ ਉਹ ਦਵਾਈ ਜਾਏਗੀ। ਸਰ ਇੱਕ ਲਾਸਟ ਸਵਾਲ ਕਿ ਡਾਕਟਰ ਕਮਲ ਨੇ ਬਿਆਨ ਦਿੱਤਾ ਸੀਗਾ ਕਿ ਸਟਾਫ ਦੀ ਕਮੀ ਹੈਗੀ, ਸਰਕਾਰ ਨੂੰ ਚਾਹੀਦਾ ਕਿ ਸਟਾਫ ਰੱਖਿਆ ਜਾਵੇ ਹੋਰ। ਮਰੀਜ਼ਾਂ ਨੂੰ ਇੱਕ ਸਮੇਂ ਸਿਰ ਦਵਾਈ ਮਿਲ ਸਕੇ। ਹੋਰ ਕੋਈ ਪਰੇਸ਼ਾਨੀ ਕਿਆ ਆ ਰਹੀ ਹੈ ਹਸਪੀਟਲ? ਪਰੇਸ਼ਾਨੀ ਕੋਈ ਨਹੀਂ ਹੈ, ਬਸ ਇਹੀ ਹੈ ਵੀ ਮਰੀਜ਼ ਪਾਪਾ ਕੇਂਦਰ ਲੈ ਜਾਣਾ ਪੈਂਦੇ। ਅੱਛਾ, ਦਵਾਈ ਮਿਲ ਰਹੀ? ਦਵਾਈ ਪੂਰੀ ਮਿਲ ਰਹੀ ਹੈ। ਦਵਾਈ ਹਸਪੀਟਲ ਤੋਂ ਲੈਣੀ ਮਿਲ ਰਹੀ ਹੈ ਕਿ ਬਾਹਰ ਦੁਕਾਨਾਂ ਤੋਂ? ਹਸਪੀਟਲ ਮਿਲ ਰਹੀ ਹੈ ਸਰ। ਦੁਕਾਨਾਂ ਤੋਂ ਵੀ ਲੈਣੇ ਆ ਬਾਹਰ ਤੋਂ? ਟਾਈਮ ਸਿਰ ਚੈੱਕ ਕਰਦੇ ਆ ਤੁਹਾਨੂੰ ਉਰੇ ਆ ਕੇ? ਹਾਂਜੀ, ਟਾਈਮ ਨਾਲ ਚੈੱਕ ਕਰਦੇ ਆ। ਹੋਰ ਕੋਈ ਮੰਗ ਕੀ ਮੰਗ ਚਾਹੁੰਦੇ ਹੋ ਜਿਹੜੇ? ਸਾਡੀ ਪੂਰੀ ਬੱਚੇ ਦੀ ਦੇਖਭਾਲ ਹੋ ਗਈ ਬਸ। ਅੱਛਾ, ਜਿਹੜਾ ਉਰੇ ਸਮਾਨ ਤੁਸੀਂ ਕਹਿ ਰਹੇ ਹੋ ਵੀਲ ਚੇਅਰ ਦੀ ਪ੍ਰੋਬਲਮ ਆ ਰਹੀ ਹੈ, ਬਾਹਰ ਜਾ ਕੇ ਦੇਖ ਲਓ ਆਪਣੇ ਕੋਲ ਲੱਗਦੇ ਉਹਦੇ ਹਾਥ ਦੇ ਵੀਲ ਚੇਅਰ ਦੇ। ਅੱਛਾ, ਨਾ ਹੀ ਟੁੱਟਿਆ ਹੋਈਆਂ ਜੀ, ਕੋਈ ਨਹੀਂ ਹੈਗੇ ਮਰੀਜ਼ ਕਰ ਦੋ ਆਏ ਆ, ਰੇਡੀਅਮ ਚੱਕ ਚੱਕ ਕੇ ਬਜਾਰ ਤੱਕ ਬਹੁਤ ਤੱਕ ਲੈ ਕੇ ਆਏ। ਕਿਸੇ ਦੀ ਲੱਤ ਟੁੱਟੀ ਵੀ ਕਿਸੇ ਦੀ ਪ੍ਰੋਬਲਮ ਸੀਗੀ, ਤਾਂ ਤੁਸੀਂ ਦੇਖੋ ਮੈਂ ਆਪ ਜਾ ਕੇ ਦੇ ਦਿੱਤਾ ਬਾਹਰ, ਬਹੁਤ ਜ਼ਿਆਦਾ ਪਰੇਸ਼ਾਨੀ ਹੈ ਪੀਜੀ।